ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ ਅੱਜ ਆਪਣੇ ਵੀਜ਼ਾ ਹੈਗੀ ਆ ਪਿੰਡ ਮਾਲੀਆ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਅਤੇ ਨਜ਼ਦੀਕ ਮਿਰਜੇ ਕੀ ਕਾਦੀਆਂ ਮਸ਼ਹੂਰ ਹੈ ਜੀ। ਅਤੇ ਬਾਈ ਗੁਰਸ਼ਿੰਦਰ ਉਹਨਾਂ ਕੋਲ ਆ ਚੁੱਕੇ ਜੀ। ਅੱਜ ਫਿਰ ਆਪਾਂ ਅੱਜ ਵੀ ਬਾਈ ਉਹਨਾਂ ਕੋਲ 4-5 ਦੇ ਲੱਗ ਪਏ ਪਸ਼ੂ ਫੇਲ ਹੈ ਜੀ। ਕਿਆ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਕਿ ਇਹਨਾਂ ਪ੍ਰਾਈਸ ਕੀ ਆ ਅਤੇ ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀ ਜੀ ਰਿਕੈਸਕਾਂ ਨੂੰ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਲੀਆਂ ਖਰੀਦੋ। ਵਾਹ ਵਾਹ ਜੀ, ਇਹ ਬੇਨਤੀ ਕਰਦੇ ਤੁਹਾਡੇ ਅੱਗੇ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਮਾਤੇ ਸ਼ੇਅਰ ਕਰ ਦਿਆ ਕਰੋ, ਲਗਾਂ ਵੀ ਕਿ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ ਕਿੱਦਾਂ ਜੀ? ਠੀਕ ਠਾਕ ਜੀ। ਚਲੋ ਹਾਂ ਬਾਈ ਜੀ, ਇਹਨਾਂ ਕੋਲ ਜੇ ਦੋ ਮੱਝਾਂ ਕੇ ਖੜੀਆਂ, ਦੋ ਝੋਟੀਆਂ ਅੱਗੇ ਲੈ ਜੀ ਆਪਣੇ। ਅੱਛਾ ਜੀ, ਤੇ ਇਹ ਤੁਹਾਡੀ ਵੀਡੀਓ ਦੇ ਥਰੂ ਸਾਡੇ ਗਾਹਕ ਬਣੇ। ਠੀਕ ਹੈ ਬਾਈ ਜੀ, ਠੀਕ ਹੈ। ਜਫਰਵਾਲ ਧਾਰੀਵਾਲ ਦੇ ਕੋਲ ਪਿੰਡ ਆ। ਅੱਛਾ ਜੀ, ਅੱਛਾ। ਇਹ ਮੱਝਾਂ ਲੈ ਗਏ ਤੇ ਅੱਜ ਫੇਰ ਹੁਣ ਆਏ ਸੀ ਦੇਖਣ। ਠੀਕ ਆ। ਉਹ ਫਿਰ ਵੀਡੀਓ ਦਾ ਕਰਕੇ ਆ, ਹੋਰ ਵੀ ਗਾਹ ਦੋ ਮੋੜੇ ਨੇ ਵੀ ਚੱਲ ਵੀਡੀਓ ਬਣਦੀ ਹੈ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਾਈ ਜੀ, ਬਿਲਕੁਲ। ਤੇ ਬਾਕੀ ਇਹ ਆ ਵੀ ਪਰਮਾਤਮਾ ਦੀ ਸੋਖਾ, ਚਲੋ ਸਾਰੇ। ਹਾਂ ਠੀਕ, ਠੀਕ ਹੈ ਬਾਈ ਜੀ। ਇਹਨਾਂ ਦਾ ਇਹ ਆ ਵੀ ਚਲੋ ਜੋ ਬੋਲਦੇ ਸੱਚ ਬੋਲਦੇ ਆ। ਜੇ 13 ਕਿਲੋ ਦੁੱਧ ਤੇ ਘਰ ਜਾ ਕੇ ਵੀ 13 ਕਿਲੋ ਹੀ ਨਹੀਂ। ਠੀਕ ਹੈ ਭਾਈ ਜੀ, ਠੀਕ ਹੈ। ਜਦੋਂ ਮਰਜ਼ੀ, ਇਹ ਨਹੀਂ ਵੀ ਚਲੋ ਜਾ ਕੇ ਮੱਝ ਘਟਾਉਂਦੀ ਆ, ਨਹੀਂ। ਹਾਂਜੀ ਹਾਂਜੀ ਭਾਈ ਜੀ, ਪੈਸੇ ਵੀ ਉਹਨਾਂ ਦੇ ਕੋਲੋਂ ਮੈਂ ਬਾਅਦ ਵਿੱਚ ਲਏ ਨੇ। ਅੱਛਾ, ਜਾ ਕੇ ਘਰ। ਨਹੀਂ ਠੀਕ, ਠੀਕ ਹੈ ਭਾਈ ਜੀ। ਪਤਾ ਕੀ ਗੱਲ ਆ ਵੀ ਕਹਿ ਕੇ ਕੁਛ ਕਰ ਜਾਂਦੇ ਨੇ, ਉਹਦੇ ਬਾਅਦ ਵਿੱਚ ਫਿਰ ਕੁਛ ਨਿਕਲਦਾ। ਬਿਲਕੁਲ ਜੀ, ਉਹਦਾ ਕੀ ਸਵਾਦ ਹੁੰਦਾ। ਨਾ ਨਾ, ਗਲਤ ਗਲਤ ਹੈ। ਇੱਕ ਗੱਲ ਆਇਆ ਵਾ, ਮੈਂ ਚਲੋ ਬੇਨਤੀ ਮਾਫੀ ਚਾਹੁੰਦਾ ਬਾਕੀ ਸਾਰਿਆਂ ਕੋਲ, ਪਰ ਥੋੜਾ ਜਿਹਾ ਝੂਠ ਦਾ ਜਿਹੜਾ ਨਾ ਉਹ ਜ਼ਿਆਦਾ ਯਕੀਨ ਕਰਦੇ। ਹਾਂ ਹਾਂ ਬਿਲਕੁਲ ਜੀ, ਸੱਚਾਈ ਨੂੰ ਘੱਟ ਵਿਸ਼ਵਾਸ। ਸਹੀ ਸਹੀ ਗੱਲ ਹੈ, ਸਹੀ ਗੱਲ ਹੈ। ਤੇ ਇਹ ਆ ਵੀ ਸੋਚ ਸਮਝ ਕੇ, ਮੈਂ ਵੇਖੋ ਹਰ ਵੀਡੀਓ 'ਚ ਕਹਿੰਦਾ ਵੀ ਸੋਚ ਸਮਝ ਕੇ ਚੁਆਈ ਕਰਕੇ, ਤੁਸੀਂ ਵੀ ਕਹਿੰਦੇ ਹੋ। ਹਾਂਜੀ ਹਾਂਜੀ, ਹਰ ਵੀਡੀਓ ਬਿਲਕੁਲ ਜੀ ਭਾਜੀ, ਪਾਸ ਕਰਕੇ ਆਪਣੀ ਲਓ। ਹਾਂਜੀ, ਨਾ ਲਾਮਾ ਲਓ ਨਾ ਦਿਓ। ਬਿਲਕੁਲ ਜੀ, ਸਹੀ ਗੱਲ ਹੈ, ਬਿਲਕੁਲ ਜੀ। ਤੇ ਬਾਕੀ ਇਹ ਆ ਵੀ ਜਿੰਨੇ ਰੁਪਈਏ ਲਾਉਣੇ ਆ, ਜਿੰਨੇ 1-1.5 ਲੱਖ ਰੁਪਈਆ ਲਾਉਣਾ, ਹਾਂਜੀ, ਉਹਦਾ ਹੱਕ ਬਣਦਾ ਕੋਈ 500-700 ਹਜ਼ਾਰ ਦਾ ਤੇਲ ਪੂ ਕੇ ਘਰ ਆ ਕੇ ਚੁਆਈ। ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ ਚਲੋ, ਕਿੰਨੀ ਆ ਬਾਈ ਜੀ ਫਿਰ ਅੱਜ? ਬਾਈ ਅੱਜ 4 ਹੀ ਆ ਜੀ। 4 ਹੀ ਆ, ਹਾਂਜੀ। ਕਰੀ ਸ਼ੁਰੂ ਹੈ ਜੀ, ਹਾਂਜੀ, ਦੱਸੋ ਜੀ। ਇੱਕ ਆ ਜੀ ਝੋਟੀ, ਪਹਿਲਾ ਸੂਆ ਜੀ। ਅੱਛਾ ਜੀ, ਝੋਟੀ ਨੂੰ 11-11.5 ਕਿਲੋ ਦੁੱਧ ਹੈ। 11-11.5 ਕਿਲੋ ਦੁੱਧ ਹੈ ਜੀ। ਤੇ ਬੱਚਾ ਮਗਰ ਬੱਜ ਦੇ? ਮਗਰ ਕੱਟੀ ਹੈ ਜੀ। ਲੈ ਵੇਖੋ ਜੀ, ਫਿਰ ਤਾਂ ਪੂਰਾ ਫਾਇਦਾ ਹੋ ਗਿਆ। ਪੂਰੀ ਵੱਡੀ ਫੁੱਲ ਸਾਈਜ਼ ਕੱਟੀ, ਫੁੱਲ ਸਾਈਜ਼ ਵੱਡੀ ਹੈ ਜੀ। ਤੇ ਦੇਖੋ ਆਹ, ਦੇਖੋ ਇੱਕ ਬਾਈ ਜੀ, ਕਿੰਨੇ ਟਾਈਮ ਹੋ ਗਿਆ ਸੂਈ ਨੂੰ ਜੀ? 10-12 ਦਿਨ ਹੋ ਗਏ। ਤਾਂ ਵੇਲ ਵੇਖੋ ਝੋਟੀ ਦੀ। ਹਾਂਜੀ, ਆ ਰਹੇ ਵੇਲ ਵੇਖੋ ਝੋਟੀ ਦੀ ਗੱਡੀ ਆ। ਆ ਦੇਖੋ ਚਵਾ ਚੂ ਵਧੀਆ ਬਾਈ ਜੀ, ਪੰਪ ਹੀ ਹੈ। ਅੱਛਾ ਠੀਕ ਹੈ। ਹਾਂਜੀ ਹਾਂਜੀ, ਹਾਂਜੀ ਹਾਂਜੀ, ਬਿਲਕੁਲ ਜੀ। ਇਹ ਆ ਦੇਖੋ ਜੀ, ਠੀਕ ਆ, ਹਾਂ ਸਹੀ ਸਹੀ ਮੋਢੇ ਆ ਜੀ। ਹਾਂਜੀ, ਹੁਣ ਜੇ ਬਾਹਰ ਜੇ ਦੇ ਹਿਸਾਬ ਨਾਲ ਵੇਖੀਏ ਤੇ ਮੈਨੂੰ ਲੱਗਦਾ ਵੀ 1.5 ਮੰਗਣ ਵਾ ਹੱਕ ਦਾ। ਅੱਛਾ ਜੀ, ਪਰ ਅਸੀਂ ਨਹੀਂ ਮੰਗਣਾ ਵੀ, ਅਸੀਂ ਉਹੀ ਹੈ ਜਿਹੜਾ ਲੈਣਾ। ਹਾਂਜੀ, ਭਾਅ ਨਾ ਜੇ ਅਸੀਂ ਲੈਂਦੇ ਹਾਂ, ਮਿਹਨਤ ਕਰਦੇ ਹਾਂ, ਬਿਲਕੁਲ ਉਸੇ ਤਰੀਕੇ ਦੇ ਨਾਲ ਹੀ ਸਾਨੂੰ ਥੋੜ੍ਹੇ ਤੋਂ ਥੋੜ੍ਹਾ ਪਰਮਾਤਮਾ ਦੇਈ ਜਾਏ। ਬਿਲਕੁਲ, ਸਾਡਾ ਸਬਰ ਹੈ, ਬਿਲਕੁਲ ਜੀ, ਵਧੀਆ। ਹਾਂਜੀ ਹਾਂਜੀ, 1-10 ਦੀ 1 ਲੱਖ 10 ਚਲੋ ਜੇ ਵੀ ਹੱਲ ਹੈ ਵੀ ਏਡੀ ਝੋਟੀ ਪਰ ਦਿੰਦਾ। ਨਹੀਂ ਨਹੀਂ, ਜੇ ਬਾਕੀ ਛੋਟੇ ਛੋਟੇ ਕਰਦੇ ਫਿਰ ਮੌਕੇ। ਇਹ ਸੂਆ ਬਾਈ ਜੀ, ਫਿਰ ਇਹ ਵੀ ਪਹਿਲਾ ਸੂਆ? ਹਾਂ, 11 ਕਿਲੋ ਦੁੱਧ ਅੱਜ ਕੋਲ। ਪਹਿਲਾ ਸੂਆ 4 ਰਨ ਲਿਆ ਰਹੇ ਹੋ? 11 ਕਿਲੋ ਦੁੱਧ, 5-6 ਦਿਨ ਦੀ ਸੂਈ ਹੈ ਕੱਟੀ ਜੀ, ਕੱਟੀ ਮਗਰ ਹੈ ਜੀ। ਲੈ ਵੇਖੋ ਜੀ, ਇਹਦੇ ਮਗਰ ਵੀ ਕੱਟੀ ਆ, ਬਾਕੀ ਵੇਖੋ ਕੁਆਲਿਟੀ ਸੁਣਾ ਦੀ। ਹਾਂ ਨਹੀਂ ਨਹੀਂ ਠੀਕ ਹੈ ਭਾਅ ਜੀ, ਠੀਕ। ਹਾਂ ਦੇਖੋ ਜੀ, ਬਹੁਤ ਸੋਹਣਾ ਬਣ, ਠੀਕ ਆ, ਸਮਾਗ ਨਾ ਬਹੁਤ ਜ਼ਿਆਦਾ। ਹਾਂ ਵੇਖੋ, ਨਰੋਈ ਝੋਟੀ ਪੂਰੀ ਜੀ, ਪੂਰੀ ਹਾਂ, ਕੁਆਲਿਟੀ ਦੇਖੋ ਜਿਹੜਾ ਝੋਟੀ ਦੀ। ਆ ਜਾਓ ਬਾਈ ਜੀ, ਹਾਂਜੀ ਹਾਂਜੀ, ਬਸ ਠੀਕ ਆ। ਬਾਕੀ ਇੱਕ ਹੋਰ ਵੀ ਇਹਦਾ ਬਹੁਤ ਵਾਧਾ ਹੁੰਦੀ ਸੀ। ਹਾਂਜੀ, ਕੈਮਰੇ ਤੋਂ ਥੋੜ੍ਹਾ ਜਿਹਾ ਦਰਦੀ ਆ, ਮਤਲਬ ਵੀ ਕਹਿ ਲਓ ਵੈਸੇ ਨਹੀਂ ਗਾ ਕੋਈ ਵੀ ਇੱਦਾਂ, ਕੈਮਰੇ ਦਾ ਕਰਕੇ ਥੋੜ੍ਹਾ ਜਿਹਾ ਕਰਦੇ 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 ਉੱਦਾਂ। ਮੈਂ ਇਹ ਆ ਵੀ ਮਤਲਬ ਜਿਹੜਾ ਵੀ ਗਾਹਕ ਆਵੇ, ਹਾਂਜੀ, ਇੱਕਦਮ ਥੱਲੇ ਲੈ ਜੇ, ਬਸ ਠੀਕ ਆ। ਹਾਂ ਇੱਦਾਂ ਦੀ ਹਿਸਾਬ। ਹਾਂਜੀ, ਇਹ 1-5 ਮੁੱਲ ਹੈ। ਹਾਂਜੀ, ਮਾਨ ਸਨਮਾਨ ਮੌਕੇ ਤੇ ਪੂਰੇ 1 ਲੱਖ ਦੀ ਕਰ ਦੋਗੇ? ਠੀਕ ਹੈ, ਨਹੀਂ ਬਸ ਠੀਕ ਹੈ ਭਾਜੀ, ਠੀਕ ਹੈ, ਠੀਕ। ਘੱਟ ਹਾਂਜੀ, ਸੇਵਾ ਬਹੁਤ ਥੋੜ੍ਹਾ ਹੈ। ਹਾਂਜੀ, ਪਰ ਦੁੱਧ 13 ਕਿਲੋ ਆ। ਅੱਛਾ, 13 ਕਿਲੋ ਦੁੱਧ ਹੈ ਜੀ, ਥੋੜ੍ਹਾ ਇਹ ਵੀ ਘਾਬਰ ਦੀ ਲੋਹੀ ਆ।
ਬਿਲਕੁਲ ਬਿਲਕੁਲ ਭਾਜੀ ਬਿਲਕੁਲ 13 ਕਿਲੋ ਦੁੱਧ ਹੈ ਤਾਜ਼ੀ ਸੂਈ ਹੈ ਅੱਛਾ ਜੀ ਤੇ ਸਹੀ ਦੁੱਧ ਹੈ ਦੋ ਟਾਈਮ ਕੋਈ ਮਤਲਬ ਕਿ ਨਾਪ ਕੇ ਮੇਰੇ ਕੋਲ ਲੈ ਜੇ ਬਸ ਠੀਕ ਹੈ ਜੀ ਜੇ ਪਾਈਆ ਘਟ ਗਿਆ ਤੇ ਉਹਨੇ ਪੈਸੇ ਘਟਾ ਅੱਛਾ ਬਾ ਦੇਖੋ ਜੀ ਆ ਦੇਖੋ ਮਿਲ ਕੇ ਰਵਾਂਗੇ ਜੀ ਬਸ ਠੀਕ ਹੈ ਬਸ ਤਾਜ਼ੀ ਸੂਈ ਹੈ ਜੀ ਮਗਰ ਕੱਟੀ ਹੈ ਜੀ ਇਹਦੇ ਵੀ ਇਹਦੇ ਮਗਰ ਕੱਟਾ ਜੀ ਆ ਵੇਖੋ ਬਾਲਾ ਡਰਦੀ ਪਈ ਵਿਚਾਰੇ ਆ ਜਾ ਲੈ ਜਾ ਕਮਾਲ ਸਕੋ ਨਹੀਂ ਕਿਤੇ ਡੰਗਰ ਭਾਈ ਨਿਕਲੇ ਆ ਹਾਂਜੀ ਹਾਂਜੀ ਲੋਈ ਝੂਠੇ ਨਾਲੇ ਕੱਟਾ ਮਗਰ ਹੈ ਨਾ ਜੀ ਬਸ ਠੀਕ ਹੈ ਹਾਂਜੀ ਕੱਟੀ ਜੀ ਕੱਟੀ ਮਗਰ ਅੱਛਾ ਜੀ ਠੀਕ ਆ ਘਰ ਰੱਖਣ ਵਾਲੀ ਝੂਟੀ ਹੈ ਬਹੁਤ ਜ਼ਿਆਦਾ ਠੰਡੀ ਹੈ ਰਾਜੀਪੁਰੀ ਝੋਟੇ ਜੀ ਜੈਡ ਬਲੈਕ ਝੋਟੇ ਹੈ ਜੀ ਹਾਂ ਦੇਖੋ ਕੁਆਲਿਟੀ ਵੇਖੋ ਝੋਟੇ ਜੀ ਹਾਂ ਦੇਖੋ ਸਵਾਜ ਵਧੀਆ ਬਲੈਕ ਹੈ ਜੀ ਚਲੋ ਲੈ ਚਲੋ ਬਸ ਠੀਕ ਹੈ ਹਾਂਜੀ ਭਾਜੀ ਇਹਦਾ 95 ਆ ਰੇਟ ਹਾਂਜੀ ਬਾਕੀ ਮਾਨ ਸਨਮਾਨ ਮੌਕੇ ਤੇ ਬਸ ਘੱਟ ਠੀਕ ਆ ਹਾਂ ਮਤਲਬ ਆਪਣੇ ਇਹ ਨਹੀਂ ਨਾ ਹੈਗੇ ਵੀ ਬਿਲਕੁਲ ਹਾਂ ਬਿਲਕੁਲ ਬਿਲਕੁਲ ਜੀ ਲੀਕ ਮਾਰ ਦਈਏ ਵੀ ਇਹੋ ਕੁਛ ਹੀ ਆ ਕਿਉਂਕਿ ਜਿਹੜਾ ਭਾਜੀ ਬੰਦਾ ਹੁੰਦਾ ਉਹਨੇ ਆ ਕੇ ਮਾਰਨਾ ਮੇਰਾ ਕੀ ਮਾਰ ਬਿਲਕੁਲ ਜੀ ਜੇ ਉਹਦਾ ਮਾਨ ਨਹੀਂ ਹੈਗਾ ਕੋਈ ਨਾ ਕੋਈ ਸੱਜਣ ਸਾਡਾ ਆ ਜਾਂਦਾ ਵਿੱਚ ਕੋਈ ਨਾ ਕੋਈ ਨਾਲ ਲੈ ਕੇ ਆਇਆ ਹਾਂਜੀ ਫਿਰ ਕਹਿੰਦੇ ਹੁਣ ਦੱਸ ਸਾਡਾ ਕੀ ਮਾਲ ਬਿਲਕੁਲ ਜੀ ਫਿਰ ਕਰਨਾ ਪੈਂਦਾ ਤੇ ਬਾਕੀ ਇਹ ਆ ਵੀ ਬਹੁਤਾ ਕੱਢਣ ਪਾਉਣ ਨੂੰ ਨਹੀਂਗਾ ਹਾਂਜੀ ਮਾਲ ਪਿੱਛੇ ਵੀ ਜਿਹੜਾ ਵੀ ਮਹਿੰਗਾ ਮਿਲਦਾ ਹਾਂਜੀ ਹਾਂਜੀ ਫਿਰ ਆਪਣਾ ਸਾਬ ਪੈਂਦੇ ਜੇ ਖਰਚੇ ਵੀ ਪੈਂਦੇ ਖਰਚੇ ਪੈਂਦੇ 5-6 ਹਜ਼ਾਰ ਰੁਪਈਆ ਸਮਝੀ ਜੀ ਇੱਕ ਪਸ਼ੂ ਤੇ ਪੈ ਜਾਂਦਾ ਭਾਜੀ ਵਾੜ ਕਿੰਨੀ ਬਣ ਜਾਂਦਾ ਸਰ ਗੱਡੀ ਖਰਚਾ ਇਹ ਕਰਕੇ ਵੀ ਫਿਰ ਉਹ ਥੋੜੇ ਜੋ ਥੋੜਾ ਬਿਲਕੁਲ ਜੀ ਹਾਂ ਤੇ ਬਾਕੀ ਇਹ ਹੈ ਵੀ ਚਲੋ ਬੜਾ ਵਧੀਆ ਸਾਥ ਕੋ ਰੋਟੀ ਦੇਈ ਜਾਣਗੇ ਟਾਈਮ ਪਾਸ ਹੋ ਜਾਵੇ ਬਿਲਕੁਲ ਜੀ ਤੇ ਇੱਕ ਬੇਨਤੀ ਹੋਰ ਹੈ ਵੀ ਆਈ ਵੀਡੀਓ ਤੇ ਹਰੇਕ ਬੰਦਾ ਪੁੱਛਦਾ ਵੀ ਜ਼ਿਲ੍ਹਾ ਕਿਹੜਾ ਹਾਂਜੀ ਪਿੰਡ ਕਿੱਥੇ ਹੈ ਹਾਂਜੀ ਪਿੰਡ ਮੇਰਾ ਇੱਥੇ ਨੇੜੇ ਮਿਰਜੀ ਦੀਆਂ ਕਾਦਰੀਆਂ ਦੇ ਕੋਲ ਆ ਬਟਾਲੇ ਦੇ ਅੱਗੇ ਆ ਕੇ ਬਟਾਲੇ ਆ ਕੇ ਠੀਕ ਹੈ ਅੰਮ੍ਰਿਤਸਰ ਤੋਂ ਬਟਾਲਾ ਬਟਾਲੇ ਤੋਂ ਅੱਗੇ ਆ ਕੇ ਠੀਕ ਹੈ ਜੀ ਇਧਰੋਂ ਟਾਂਡਾ ਹਰਚੋ ਆਚੀ ਗੁਰਦਾਸਪੁਰ ਤੋਂ ਸਿੱਧਾ ਆ ਕੇ ਹਾਂਜੀ ਇਧਰੋਂ ਆਉਣਾ ਆਪਣਾ ਗੁਰਦਾਸਪੁਰ ਉਹਦੇ ਸਿੱਧਾ ਸ਼੍ਰੀ ਅਕਬਿੰਦਪੁਰ ਰੋਡ ਤੇ ਆਉਣਾ ਠੀਕ ਹੈ ਭਾਜੀ ਠੀਕ ਹੈ ਜੀ ਹਾਂਜੀ ਮਤਲਬ ਮੈਂ ਤਾਂ ਦੱਸ ਰਿਹਾ ਵੀ ਜਿਹੜਾ ਵੀ ਫੋਨ ਕਰਦਾ ਨਾ ਉਹ ਫਿਰ ਦੱਸਦਾ ਵੀ ਕਿਹੜਾ ਏਰੀਆ ਤੁਹਾਡਾ ਕਿੱਥੋਂ ਬੋਲਦੇ ਬਿਲਕੁਲ ਜੀ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸ ਹਾਂਜੀ ਮੈਂ ਕਿਹਾ ਦੱਸਿਆ ਬਾਰ-ਬਾਰ ਸੁਣਨਾ ਪੈਂਦਾ ਹਾਂਜੀ ਸਟਾਰਟਿੰਗ ਤੇ ਦੱਸਣਾ ਸੀ ਤੇ ਥੋੜਾ ਜਿਹਾ ਉਹ ਮਤਲਬ ਚਲੋ ਕੋਈ ਗੱਲ ਨਹੀਂ ਕੋਈ ਫਿਰ ਤੇ ਬਾਕੀ ਨੰਬਰ ਹੈ 97-97-56-03 ਠੀਕ ਹੈ ਹਾਂਜੀ ਤੇ ਪਿੰਡ ਮਾਲੀ ਹੈ ਬਾਕੀ ਨਾਮ ਗੁਰਸ਼ਿੰਦਰ ਸਿੰਘ ਹੈ ਜੀ ਵਟਸਐਪ ਨੰਬਰ ਇਹੋ ਹੀ ਠੀਕ ਹੈ ਭਾਜੀ ਹਾਂਜੀ ਸਤਿ ਸ਼੍ਰੀ ਅਕਾਲ